ਧੰਨ ਗੁਰਦੇਵ, ਜੈ ਭੀਮ, ਜੈ ਭਾਰਤ, ਜੈ ਵਾਲਮੀਕਿ, ਹਰ ਹਰ ਵਾਲਮੀਕਿ। ਅੱਜ ਸਾਰੀਆਂ ਸਮੂਹ ਦਲਿਤ ਜਥੇਬੰਦੀਆਂ ਵੱਲੋਂ ਸਾਂਝੇ ਮੰਚ 'ਤੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦਾ ਧਾਰਮਿਕ ਸਥਾਨ ਜੋ ਦਿੱਲੀ ਵਿੱਚ ਦੁਰਗਾ ਬਾਹ ਮੰਦਰ, ਜਿਸ ਦਾ ਸੰਘਰਸ਼ ਸਾਰਿਆਂ ਨੇ ਰਲ ਮਿਲ ਕੇ, ਜਿਹੜਾ ਪੰਜਾਬ ਵਾਸੀਆਂ ਨੇ, ਦੇਸ਼ ਵਾਸੀਆਂ ਨੇ ਅਤੇ ਸਾਰੇ ਜਿਹੜੇ ਵਿਦੇਸ਼ ਵਿੱਚ ਸੰਗਤ ਬੈਠੀ ਆ, ਉਹਨਾਂ ਨੇ ਆਪਣੇ ਆਪਣੇ ਕੰਟਰੀ ਦੇ ਵਿੱਚ ਜਿਹੜਾ ਮੰਗ ਪੱਤਰ ਦਿੱਤਾ ਸੀ, ਸੋ ਉਹਨਾਂ ਦੇ ਇਕੱਠ ਦੇ ਬਦੌਲਤ ਜਿਹੜਾ ਆ ਸੁਪਰੀਮ ਕੋਰਟ ਨੇ ਦੁਬਾਰਾ ਜਿਹੜੀ ਜਗ੍ਹਾ ਆ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੀ, ਜਿਹੜੀ ਦੁਬਾਰਾ ਜਿਹੜੀ ਉਹੀ ਜਗ੍ਹਾ ਜਿਹੜੀ ਦੁਬਾਰਾ ਦੁਰਗਾ ਬਾਗ ਮੰਦਰ ਜਿਹੜੀ ਆ ਉਹ ਦੇ ਦਿੱਤੀ ਗਈ ਸੀ। ਪਰ ਅਖੀਰ ਵਿੱਚ ਜਿਹੜੀ ਕਮੇਟੀ ਆ ਉਹ 9 ਮੈਂਬਰੀ ਕਮੇਟੀ ਜਿਹੜੀ ਆ ਰਜਿਸਟਰਡ ਹੋਈ ਆ, ਜਿਸ ਵਿੱਚ ਚੇਅਰਮੈਨ ਸੁਖਦੇਵ ਬਾਗਮਰੇ ਜੀ ਨੂੰ ਬਣਾਇਆ ਗਿਆ, ਜਿਸ ਵਿੱਚ ਹੋਰ ਅਧਿਕਾਰੀ ਜੀ 3 ਜਿਹੜੇ ਜਿਹੜੇ ਆਪਣੇ ਵਕੀਲ ਸਾਹਿਬਾਨ ਹਨ, ਉਹਨਾਂ ਦਾ ਕੋਈ ਦੇਣ ਜਿਹੜੀ ਸਮਾਜ ਵਿੱਚ ਹੈ ਨਹੀਂ ਉਹ, ਸੋ ਉਹਨਾਂ ਨੂੰ ਮੈਂਬਰ ਪਾਇਆ ਗਿਆ ਅਤੇ ਹੋਰ ਹੰਸਰਾਜ ਹਾਂ ਜੀ ਨੂੰ ਮੈਂਬਰ ਪਾ ਦਿੱਤਾ ਗਿਆ। ਅਤੇ ਅਸੀਂ ਜਿਹੜੇ ਇਹਨੂੰ ਬਾਗਮਰੇ ਜਿਹੜਾ ਬਣਾਤਾ, ਅਸੀਂ ਉਹਨਾਂ ਦਾ ਵਿਰੋਧ ਕਰਦੇ ਹਾਂ, ਕਿਉਂਕਿ ਬਾਗਮਰੇ ਜੀ ਦਾ ਕੋਈ ਵੀ ਜਿਹੜਾ ਸਮਾਜ ਵਿੱਚ ਉਸ ਦਿੱਲੀ ਦੇ ਜਿਹੜਾ ਸੰਘਰਸ਼ ਵਿੱਚ ਕੋਈ ਵੀ ਯੋਗਦਾਨ ਨਹੀਂ ਸੀਗਾ, ਸੋ ਆਪਣੇ ਆਪਣੇ ਤੌਰ 'ਤੇ ਉਹਨਾਂ ਨੇ ਜ਼ਰੂਰ ਕੀਤਾ ਉਸੇ ਆਪਣੇ ਦੂਜਾ ਚੌਂਕ ਦੇ ਵਿੱਚ ਕਰਦੇ ਰਹੇ। ਪਰ ਸੋ ਸਾਡੀ ਸਾਰਿਆਂ ਦੀ ਇਹੀ ਮੰਗ ਹੈ ਵੀ ਜਿਹੜਾ ਚੇਅਰਮੈਨ ਆ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਦਾ ਸੁਸਾਇਟੀ ਦੇ ਸੰਤ ਮਹਾਂਪੁਰਸ਼ਾਂ ਦੇ ਵਿੱਚੋਂ ਜਿਹੜਾ ਉਹਨਾਂ ਵਿੱਚੋਂ ਚੇਅਰਮੈਨ ਉਹਨਾਂ ਨੂੰ ਬਣਾਇਆ ਜਾਵੇ, ਸਪੋਰਟ ਸੰਸਥਾ ਜਿਹੜੀ ਆ ਸੰਤ ਸਮਾਜ ਦੀ ਜਿਹੜੀ ਆ ਬਣਾਈ ਜਾਵੇ, ਜਿਹੜੀ ਸਾਡੇ ਉਹਨਾਂ ਦੀ ਦੇਖ ਰੇਖ ਦੇ ਵਿੱਚ ਅਸੀਂ ਸਾਰੇ ਜਿਹੜੇ ਆ ਜਿਹਨਾਂ ਜਿਹਨਾਂ ਨੇ ਸੰਘਰਸ਼ ਕੀਤਾ ਬਾਅਦ ਵਿੱਚ ਮੈਂਬਰ ਬਣਨ, ਸੋ ਇਹੀ ਅਸੀਂ ਜਿਹੜੀ ਆ ਇਹਦਾ ਪੂਰੀ ਟੀਮ ਕਮੇਟੀ ਦਾ ਜਿਹੜਾ ਅਸੀਂ ਸਾਰੇ ਸਾਥੀ ਜਿਹੜਾ ਬਾਈਕਾਟ ਕਰਦੇ ਹਾਂ। ਸੋ ਸਾਰਿਆਂ ਨੂੰ ਇਹ ਅਪੀਲ ਕਰਦੇ ਹਾਂ ਵਿਦੇਸ਼ ਸੰਗਤਾਂ ਨੂੰ ਵੀ ਉਹ ਵੀ ਜਿਹੜਾ ਇਸਦਾ ਕਮੇਟੀ ਦਾ ਜਿਹੜਾ ਵਿਰੋਧ ਕਰਨ, ਕਿਉਂਕਿ ਕਮੇਟੀ ਸੰਤ ਸਮਾਜ ਦੀ ਹੋਣੀ ਚਾਹੀਦੀ ਹੈ। ਗੁਰੂ ਰਵਿਦਾਸ ਮਹਾਰਾਜ ਦਾ ਜੋ ਜਿੰਦੇ ਰੱਖਿਆ, ਜੇ ਉਹਨਾਂ ਦੀ ਬਾਣੀ ਨੂੰ ਸਤਿਕਾਰ ਕੀਤਾ ਸਾਰਾ, ਇਹ ਸੰਤ ਮਹਾਂਪੁਰਸ਼ ਡੇਰਿਆਂ ਨੇ ਕੀਤਾ ਹੈ। ਜੇਕਰ ਡੇਰੇ ਨਾ ਹੁੰਦੇ ਤਾਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦਾ ਜੋ ਧਿਆਨ ਆ, ਜੋ ਇਹਨਾਂ ਦੀ ਬਾਣੀ ਆ, ਮੈਨੂੰ ਲੱਗਦਾ ਨਹੀਂ ਜੀਵਿਤ ਹੋਣੀ ਸੀ, ਸਾਰੀ ਖਤਮ ਹੋ ਜਾਣੀ ਸੀਗੀ। ਸੋ ਡੇਰਿਆਂ ਨੇ, ਸਾਰੇ ਸੰਤਾਂ ਨੇ ਸੰਘਰਸ਼ ਕੀਤਾ, ਉਹ ਵੀ ਜਿਹੜੇ ਨੇ ਚੇਅਰਮੈਨ ਹੋਣੇ ਚਾਹੀਦੇ ਹਨ, ਅਤੇ ਪੂਰੀ ਕਮੇਟੀ ਜਿਹੜੀ ਆ ਸੰਤ ਸਮਾਜ ਦੀ ਬਣਨੀ ਚਾਹੀਦੀ ਆ। ਉੱਪਰਲੀ ਅਪਰ ਬੋਡੀ ਜਿਹੜੀ ਆ ਟਰੱਸਟ ਜਿਹੜਾ ਸੰਤ ਸਮਾਜ ਦਾ ਬਣੇ, ਉਸ ਤੋਂ ਬਾਅਦ ਮੈਂਬਰ ਜਿਹਨਾਂ ਨੇ ਸੰਘਰਸ਼ ਕੀਤਾ ਆ ਉਹ ਸਾਰੀਆਂ ਸਟੇਟਾਂ ਦੇ ਜਿਹੜੇ ਉਹਦੇ ਵਿੱਚ ਮੈਂਬਰ ਪਾਏ ਜਾਣ। ਸੋ ਸਾਰਿਆਂ ਨੂੰ ਹੱਥ ਜੁੜ ਕੇ ਇਹ ਬੇਨਤੀ ਆ ਵੀ ਇਹ ਬਾਈਕਾਟ ਕੀਤਾ ਕਮੇਟੀ ਦਾ। ਸਾਰਿਆਂ ਨੂੰ ਜੈ ਭੀਮ, ਜੈ ਭਾਰਤ, ਜੈ ਗੁਰਦੇਵ, ਧੰਨ ਗੁਰਦੇਵ, ਜੈ ਵਾਲਮੀਕਿ, ਹਰ ਹਰ ਸਤਿ ਸ਼੍ਰੀ ਅਕਾਲ। ਜੈ ਭੀਮ, ਜੈ ਭਾਰਤ। ਪਿਛਲੇ ਦਿਨੀ ਪੰਜਾਬ ਦੇ ਵਿੱਚ ਸਤਿਗੁਰੂ ਰਵਿਦਾਸ ਦੇ ਮੰਦਰ ਨੂੰ ਲੈ ਕੇ ਜੋ ਸੰਘਰਸ਼ ਕੀਤਾ ਗਿਆ, ਸਭ ਤੋਂ ਜ਼ਿਆਦਾ ਇੰਡੀਆ ਦੇ ਵਿੱਚ ਅਗਰ ਸੰਘਰਸ਼ ਕੀਤਾ ਗਿਆ ਪੰਜਾਬ ਦੀਆਂ ਸੰਗਤਾਂ ਨੇ ਕੀਤਾ, ਸਾਧੂ ਸੰਪਰਦਾ ਸੁਸਾਇਟੀ ਨੇ ਕੀਤਾ, 2000 ਸੰਤ ਦੇ ਮਾਧਿਅਮ ਤੋਂ ਜਲੰਧਰ ਦੇ ਵਿੱਚ ਧਰਨੇ ਲਾਏ ਗਏ, ਪੂਰੇ ਪੰਜਾਬ ਨੂੰ ਬੰਦ ਕੀਤਾ ਗਿਆ, ਇੰਡੀਆ ਨੂੰ ਬੰਦ ਕੀਤਾ ਗਿਆ। ਇੱਥੋਂ ਤੱਕ ਪੰਜਾਬ ਦੇ ਸਾਧੂ ਸੰਪਰਦਾ ਸੁਸਾਇਟੀ ਦੇ ਵੱਲੋਂ ਮਿਨਿਸਟਰਾਂ ਦੇ ਘਰ ਘੇਰੇ ਗਏ, ਬਹੁਤ ਲੰਬਾ ਸੰਘਰਸ਼ ਕੀਤਾ ਗਿਆ। ਪਰ ਜਦੋਂ ਹੁਣ ਕਮੇਟੀ ਬਣਾਉਣ ਦੀ ਵਾਰੀ ਆਈ ਆ, ਜਿਨ੍ਹਾਂ ਨੇ ਕੋਈ ਸੰਘਰਸ਼ ਨਹੀਂ ਕੀਤਾ, ਜਿਨ੍ਹਾਂ ਦੇ ਸਮਾਜ ਨੂੰ ਕੋਈ ਦੇਣ ਨਹੀਂ, ਜਿਨ੍ਹਾਂ ਦਾ ਗੁਰੂ ਰਵਿਦਾਸ ਦੇ ਨਾਮ ਨੂੰ ਕੋਈ ਲੈਣ ਦੇਣ ਨਹੀਂ, ਉਹਨਾਂ ਨੂੰ ਚੱਕ ਕੇ ਮੂਹਰੇ ਕਰਤਾ ਗਿਆ। ਅਸੀਂ ਸਾਰਾ ਬੋਝਣ ਫਰੰਟ ਸਮੂਹ ਜਥੇਬੰਦੀਆਂ, ਜਿੰਨੀਆਂ ਧਾਰਮਿਕ ਜਥੇਬੰਦੀਆਂ, ਸਮਾਜ ਜਥੇਬੰਦੀਆਂ, ਇਹਨਾਂ ਦਾ ਵਿਰੋਧ ਕਰਦੇ ਹਾਂ। ਅਸੀਂ ਇਹ ਮੰਗ ਕਰਦੇ ਹਾਂ ਕਿ ਉੱਥੇ ਵਿੱਚ ਨਾ ਤਾਂ ਕੋਈ ਜਿਹੜੇ ਟਰੱਸਟ ਬਣਨ ਕੋਈ ਵੀ ਪੋਲੀਟੀਸ਼ੀਅਨ ਨਾ ਹੋਵੇ, ਸਿਰਫ ਸਾਧੂ ਸੰਪਰਦਾ ਸੁਸਾਇਟੀ ਅਤੇ ਸੰਤ ਮਹਾਰਾਜ ਹੋਣ, ਜਿਨ੍ਹਾਂ ਨੇ ਗੁਰੂ ਰਵਿਦਾਸ ਨੂੰ ਅੱਜ ਤੱਕ ਲੋਕਾਂ ਦੇ ਵਿੱਚ ਲੈ ਕੇ ਆਉਂਦਾ, ਸਤਿਗੁਰੂ ਰਵਿਦਾਸ ਦੀ ਬਾਣੀ ਨੂੰ ਲੈ ਕੇ ਆਉਂਦਾ। ਜਿਹੜੀ ਕਮੇਟੀ ਬਣੇ ਉਹਦੇ ਵਿੱਚ ਸਮੂਹ ਸੰਘਰਸ਼ੀ ਯੋਧੇ ਬਣਨੇ ਚਾਹੀਦੇ ਆ। ਇੰਨੇ ਕਹਿੰਦੇ ਅਸੀਂ ਸਾਡੇ ਦੇ ਉੱਪਰ ਫਿਰ ਲਾਏ ਰਹਿੰਦੇ। ਜੈ ਭੀਮ, ਜੈ ਭਾਰਤ।
ਜੈ ਵਾਲਮੀਕੀ ਜੀ, ਜੈ ਗੁਰੂ ਰਵਿਦਾਸ, ਜੈ ਭੀਮ, ਜੈ ਭਾਰਤ। ਵਾਲਮੀਕੀ ਟਾਈਗਰ ਫੋਰਸ ਵੱਲੋਂ ਅੱਜ ਅਸੀਂ ਵਾਲਮੀਕੀ ਰਵਿਦਾਸ ਟਾਈਗਰ ਫੋਰਸ ਦੇ ਨਾਲ ਪੂਰਾ ਸਮਰਥਨ ਕਰ ਰਹੇ ਹਾਂ। ਸਾਡੇ ਦੋਵੇਂ ਹੀ ਭਾਈਚਾਰੇ, ਵਾਲਮੀਕੀ ਭਾਈਚਾਰਾ ਅਤੇ ਰਵਿਦਾਸ ਭਾਈਚਾਰਾ, ਅੱਜ ਇੱਕ ਮੰਗ ਪੱਤਰ SSP ਮਾਲ ਸਾਹਿਬ ਨੂੰ ਦੇਣ ਆਏ ਹਾਂ, ਜਿਹਦੇ ਵਿੱਚ ਅਸੀਂ ਸ਼ਿਕਾਇਤ ਦਰਜ ਕਰਵਾਈ ਆ ਕਿ ਜੋ ਦਿੱਲੀ ਦੇ ਵਿੱਚ ਸਟੇਜ ਲਗਾਈ ਗਈ, ਉੱਥੇ ਜਿਹੜੇ ਸਾਥੀਆਂ ਨੇ ਸਟੇਜ 'ਤੇ ਬਹਿ ਕੇ ਜਿੱਥੇ ਸਤਿਗੁਰੂ ਰਵਿਦਾਸ ਮਹਾਰਾਜ ਦੀ ਫੋਟੋ ਅਤੇ ਵਾਲਮੀਕੀ ਮਹਾਰਾਜ ਦੀ ਫੋਟੋ ਲੱਗੀ ਹੋਈ ਸੀ, ਉਹਨਾਂ ਦੇ ਉੱਤੇ ਉਹਨਾਂ ਨੇ ਜੁੱਤੀਆਂ ਲੈ ਕੇ ਉਹ ਚੜ੍ਹੇ ਨੇ। ਸੋ ਸਾਡੀ ਮੰਗ ਆ ਕਿ ਇਹਨਾਂ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ, ਇਹਨਾਂ ਦੀ ਗ੍ਰਿਫਤਾਰੀ ਕੀਤੀ ਜਾਵੇ। ਔਰ ਨਾਲ ਦੇ ਨਾਲ ਮੈਂ ਇਹੀ ਮੈਸੇਜ ਆਪਣੇ ਪੂਰੇ ਸਮਾਜ ਨੂੰ ਦੇਣਾ ਚਾਹੁੰਦਾ ਕਿ ਤੁਸੀਂ ਆਵਾਜ਼ ਇੱਕ ਬੁਲੰਦ ਕਰੋ ਕਿ ਜਿਹਨਾਂ ਨੂੰ ਚੇਅਰਮੈਨੀ ਜਾਂ ਜਿਹਨਾਂ ਨੂੰ ਉੱਥੇ ਦਾ ਕਰਤਾ ਦਿੱਤਾ ਬਣਾਉਣਾ ਚਾਹੀਦਾ ਸੀ, ਉਹਨਾਂ ਨੂੰ ਨਹੀਂ ਬਣਾਇਆ ਗਿਆ। ਜਿਹਨਾਂ ਨੇ ਡਾਂਗਾਂ ਖਾਧੀਆਂ, ਜਿਹਨਾਂ ਨੇ ਖੂਨ ਵਹਾਏ, ਜਿਹੜੇ ਜੇਲ੍ਹਾਂ ਦੇ ਵਿੱਚ ਰਹੇ ਆ ਉਹਨਾਂ ਦਾ ਕਿਤੇ ਨਾਮੋ ਨਿਸ਼ਾਨ ਨਹੀਂ। ਜਿਹਨਾਂ ਨੇ ਸਤਿਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਨੂੰ ਘਰ ਘਰ ਦੇ ਵਿੱਚ ਪ੍ਰਵਾਨ ਕੀਤਾ, ਉਹਨਾਂ ਦਾ ਕਿਤੇ ਵੀ ਨਾਮੋ ਨਿਸ਼ਾਨ ਨਹੀਂ। ਅੱਜ ਉੱਥੇ ਰਾਜਨੀਤੀ ਹੋ ਰਹੀ ਹੈ ਦਿੱਲੀ ਦੇ ਵਿੱਚ, ਤੁਗਲਕਾਬਾਦ ਗੁਰਦੁਆਰੇ ਰਵਿਦਾਸ ਮਹਾਰਾਜ ਜੀ ਦੇ। ਅੱਜ ਜੋ ਉੱਥੇ ਚੇਅਰਮੈਨੀ ਜਿਹਨਾਂ ਨੂੰ ਸੌਂਪੀ ਗਈ ਆ, ਨਾ ਹੀ ਉਹਨਾਂ ਨੇ ਕੋਈ ਸਮਾਜ ਪ੍ਰਤੀ ਕੋਈ ਕੰਮ ਕੀਤਾ, ਨਾ ਹੀ ਕਦੀ ਉਹ ਨਜ਼ਰ ਆਏ ਆ। ਸੋ ਇਹ ਰਾਜਨੀਤੀ ਜੋ ਸਰਕਾਰਾਂ ਵੱਲੋਂ ਦਿਖਾਈ ਜਾ ਰਹੀ ਆ, ਸੋ ਸਾਡੀ ਮੰਗ ਆ ਇਹਨਾਂ ਨੂੰ ਚੇਅਰਮੈਨੀ ਤੋਂ ਲਾਇਆ ਜਾਵੇ ਔਰ ਸੰਤ ਸਮਾਜ ਦੇ ਵਿੱਚੋਂ ਕਮੇਟੀ ਬਣਾ ਕੇ ਉਹਨਾਂ ਦਾ ਸੰਤ ਸਮਾਜ ਦੇ ਵਿੱਚ ਇੱਕ ਚੇਅਰਮੈਨ ਔਰ ਉਹਨਾਂ ਦੀ ਸੰਸਥਾ ਨੂੰ ਅੱਗੇ ਆਉਣਾ ਚਾਹੀਦਾ। ਮੈਂ ਸਮਝਦਾ ਜਿਹਨਾਂ ਨੇ ਸਮਾਜ ਦੇ ਵਿੱਚ ਬਹੁਤ ਮਦਦ ਕੀਤੀ।